ਅੱਜ ਆਪਾਂ ਜ਼ਿਆਦਾ ਜਲਦੀ ਨਹੀਂ ਉੱਠੇ, ਆਪਾਂ ਉੱਠੇ 5 ਵਜੇ ਅਤੇ ਆ ਗਏ ਪਿਆ। ਡਰਾਈਵ ਬਹੁਤ ਸੋਹਣੀ ਸੀਗੀ, ਬਹੁਤ ਸੋਹਣਾ ਵਿਊ ਸੀਗਾ। ਇਹ ਉੱਥੋਂ ਦਾ ਕੈਸਲ ਸੀਗਾ ਜੋ ਚਾਈਨੀਜ਼ ਨੇ ਮਿਲ ਕੇ ਬਣਾਇਆ। ਸਭ ਤੋਂ ਪਹਿਲਾਂ ਆਪਾਂ ਹੌਟ ਸਪ੍ਰਿੰਗ ਗਏ, ਗਰਮ ਪਾਣੀ ਸੀਗਾ ਸਲਫਰ ਮਾਊਂਟੇਨ ਤੋਂ ਆਉਂਦਾ। ਇਹ ਸਾਰਾ ਹੌਟ ਸਪ੍ਰਿੰਗ ਦਾ ਵਿਊ ਸੀਗਾ। ਐਂਡ ਫਿਰ ਆਪਾਂ ਬੋਲਸ ਲੇਕ ਬੋਲਸ ਰਿਵਰ ਫੋਲ ਅਤੇ ਬਹੁਤ ਸੋਹਣਾ ਫੋਲ ਸੀਗਾ, ਦਮ ਬਲੂ ਕ੍ਰਿਸਟਲ ਗਲੇਸ਼ੀਅਰ ਵਾਟਰ ਸੀਗਾ। ਇਹ ਬੈਂਫ ਦਾ ਹੋਟਲ ਆ, ਬਹੁਤ ਫੇਮਸ ਆ। ਇੱਕ ਵਾਰੀ ਅੱਗ ਲੱਗ ਸੀ ਲੱਗੀ ਸੀ ਇਹਨੂੰ, ਬਟ ਇਹਨਾਂ ਨੇ ਫਿਰ ਤੋਂ ਰੀਬਿਲਡ ਕਰਤਾ। ਇਹ ਬੈਂਫ ਮੇਨ ਡਾਊਨ ਟਾਊਨ ਜਿੱਥੇ ਸਾਰੇ ਟੂਰਿਸਟ ਆਉਂਦੇ ਮੌਸਮ ਟਾਈਮ ਪਿਕਚਰਸ ਵਾਸਤੇ। ਫਿਰ ਸਾਨੂੰ ਭੁੱਖ ਲੱਗੀ, ਫਿਰ ਆਪਾਂ ਇੰਡੀਅਨ ਫੂਡ ਖਾਧਾ, ਓਨਲੀ ਇੰਡੀਅਨ ਪਲੇਸ ਇਨ ਬੈਂਫ। ਫਿਰ ਰਾਹ 'ਚ ਜਾਂਦੇ ਹੋਏ ਸਾਨੂੰ ਡੀਅਰ ਲੱਗੇ, ਛੋਟਾ ਜਿਹਾ ਕਲਿੱਕ ਕਰ ਲਿਆ। ਫਿਰ ਆਪਾਂ ਚਲ ਗਏ ਲੇਕ ਲੂਇਸ, ਡਰਾਈਵ ਬਹੁਤ ਸੋਹਣੀ ਸੀਗੀ, ਬਿਲਕੁਲ ਮਨਾਲੀ ਵਾਲੇ ਪਹਾੜੀ ਸੀ ਉੱਥੇ। ਇਹ ਬੈਂਫ ਦਾ ਵਿਊ ਫਰੋਮ ਦਾ ਟੋਪ, ਥੋੜ੍ਹੇ ਹੋਰ ਹੀਰਾਂ ਲੱਭ ਗਏ। ਅਤੇ ਲੇਕ ਲੂਇਸ ਜਾਂਦੇ ਹੋਏ ਹਾਈਵੇ ਸੇਮ ਹੀ ਆ ਬੈਂਫ ਤੋਂ ਅੱਗੇ, ਆਲਮੋਸਟ 40 ਮਿੰਟ ਲੱਗ ਜਾਂਦੇ ਆ। ਅਤੇ ਉਹਨਾਂ ਨੇ ਆਹ ਬਣਾਇਆ ਹੋਇਆ ਅਲਬਰਟਾ ਦੇ ਉੱਤੇ, ਇਹ ਆ ਕਿ ਇੱਕ ਜੰਗਲ ਨੂੰ ਦੂਸਰੇ ਜੰਗਲ ਨਾਲ ਕਨੈਕਟ ਕਰਨ ਵਾਸਤੇ, ਤਾਂ ਕਿ ਕੋਈ ਜਾਨਵਰ ਰੋਡ ਦੇ ਵਿੱਚ ਨਾ ਹੋਵੇ। ਕੂਲ ਵਾਹ, ਇਹ ਲੇਕ ਲੂਇਸ ਕਿਆ ਸ਼ਾਨਦਾਰ ਵਿਊ, ਇਕਦਮ ਸਾਫ ਕਲੀਨ ਪਾਣੀ। ਕਹਿੰਦੇ ਆ ਕਿ ਵਿੰਟਰ 'ਚ ਇੱਥੇ ਜਾਓ ਅਤੇ ਥੱਲੇ ਪੱਥਰ ਵੀ ਲੱਭਦੇ ਆ ਬਰਫ਼ ਦੇ ਅੰਦਰ। ਇੱਥੇ ਬਰਫ਼ ਪਈ ਹੋਈ ਸੀਗੀ। ਫਿਰ ਆਪਾਂ ਗਏ ਲੇਕ ਮਰੀਨਾ, ਲੇਕ ਮਰੀਨਾ ਆ ਵੱਡੇ ਪਹਾੜ ਦੇ ਥੱਲੇ, ਬਹੁਤ ਸੋਹਣਾ ਵਿਊ ਆ। ਇਹ ਸਾਰੇ ਗਲੇਸ਼ੀਅਰ ਤੋਂ ਬਣੇ ਹੋਏ ਲੇਕ ਆ, ਸੋ ਇਸ ਕਰਕੇ ਇਹਨਾਂ ਦਾ ਪਾਣੀ ਬਹੁਤ ਸਾਫ਼ ਹੁੰਦਾ। ਅਤੇ ਕਹਿੰਦੇ ਕਿ ਡਰਿੰਕੇਬਲ ਆ, ਵੀ ਤੁਸੀਂ ਡਰਿੰਕ ਕਰ ਸਕਦੇ ਹੋ ਡਾਇਰੈਕਟ ਲੇਕ ਵਿੱਚੋਂ, ਬਾਕੀ ਪਤਾ ਨਹੀਂ। ਡਰਾਈਵ ਬਹੁਤ ਸਮੂਥ ਸੀਗੀ, ਬਹੁਤ ਵਧੀਆ। ਇਹ ਵੁੱਡ ਲੋਗਸ ਵਗੈਰਾ ਜਿਹੜੇ ਇਰੋਜਨ ਦੇ ਥਰੂ ਆਉਂਦੇ ਆ ਉਹ, ਕਿਉਂਕਿ ਇਹ ਚੈਨਲ ਆਊਟਸਾਈਡ ਦਾ। ਫਿਰ ਇਹ ਲੇਕ ਦਾ ਵਿਊ ਸੀਗਾ, ਤੁਸੀਂ ਖੁਦ ਦੇਖ ਸਕਦੇ ਪਾਣੀ ਕਿੰਨਾ ਸਾਫ਼ ਹੈ ਇੱਥੇ। ਫਿਰ ਘਰ ਜਾਂਦੇ ਹੋਏ ਛੋਟਾ ਜਿਹਾ ਸਟ੍ਰੀਮ ਨਾਲ ਲੱਗੇ, ਬਸ ਸਾਫ਼ ਉੱਥੇ।